ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਅਸਲਾਮੁ ਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਐਤਮਾਦ ਟੀਵੀ ਅਤੇ ਮੈਂ ਤੁਹਾਡਾ ਦੋਸਤ ਮਨਜ਼ੂਰ ਅਹਿਮਦ। ਦੋਸਤੋ, ਪਹਿਲੇ ਦੀ ਤਰ੍ਹਾਂ ਅੱਜ ਲੈ ਕੇ ਆਇਆ ਤੁਹਾਡੇ ਵਾਸਤੇ ਮਾਸ਼ਾਅੱਲਾ ਤਿੰਨ ਬਹੁਤ ਹੀ ਆਲਾ ਨਸਲ ਦੀਆਂ ਖੂਬਸੂਰਤ ਅਤੇ ਦੁੱਧਾਵਰ ਮੱਝਾਂ, ਇੱਕ ਦੂਸਰੇ ਤੋਂ ਮਾਸ਼ਾਅੱਲਾ ਵੱਧ ਮੱਝਾਂ ਨੇ। ਮਾਝ ਨੰਬਰ ਇੱਕ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਹਨ। ਮਾਸ਼ਾਅੱਲਾ ਬੜੀ ਖੂਬਸੂਰਤ ਕਾਦਾਵਰ ਅਤੇ ਲਿਬਾਸ ਵਾਲੀ ਮਾਸ਼ਾਅੱਲਾ ਮੱਝ ਹੈ, ਜਿਹਨੇ ਬੜਾ ਹੀ ਸੋਹਣਾ ਲਿਬਾਸ ਬਣਾਇਆ ਹੋਇਆ ਮਾਸ਼ਾਅੱਲਾ। ਸੂੰ ਤੋਂ ਲੱਗ ਕੇ ਅਤੇ ਦੁਨੀ ਤੱਕ ਮਾਸ਼ਾਅੱਲਾ ਲਿਬਾਸ ਇਸ ਤੋਂ ਬੜਾ ਸੋਹਣਾ ਥਨ ਲੱਗਿਆ ਇਸ ਤੋਂ। ਇਹ ਦੋਸਤੋ ਚੱਕ ਨੰਬਰ 471 ਗਾਹਬੇ, ਤਹਿਸੀਲ ਸਮੁੰਦਰੀ, ਜ਼ਿਲ੍ਹਾ ਫੈਸਲਾਬਾਦ। ਸਮੁੰਦਰੀ ਸ਼ਹਿਰ ਦੇ ਬਿਲਕੁਲ 2 ਕਿਲੋਮੀਟਰ ਦੇ ਨਾਲ ਪਿੰਡ ਹੈ ਜਿੱਥੇ ਤਿੰਨੇ ਮੱਝਾਂ ਖੜੀਆਂ ਹਨ। ਹਾਜੀ ਮੁਹੰਮਦ ਫਾਰੂਕ ਗੁੱਜਰ ਨਾਮ ਹੈ ਜੀ ਉਹਨਾਂ ਦਾ, ਜਿਨ੍ਹਾਂ ਦੇ ਕੋਲ ਮੱਝਾਂ ਖੜੀਆਂ ਹਨ। ਅਤੇ ਨੰਬਰ ਉਹਨਾਂ ਦਾ ਅਨਾਊਂਸ ਕਰ ਦਿੰਦੇ ਹਾਂ, 0336-00-555-10, 0336-00-55-510 ਇਹ ਉਹਨਾਂ ਦਾ ਨੰਬਰ ਹੈ ਜੀ। ਵਟਸਐਪ ਨੰਬਰ ਵੀ ਇਹੀ ਹੈ ਅਤੇ ਆਪਣਾ ਕੰਟੈਕਟ ਨੰਬਰ ਵੀ ਇਹੀ ਹੈ, ਤੁਸੀਂ ਉਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ। ਮੱਝ ਨੰਬਰ ਇੱਕ ਦਿਖਾ ਰਹੇ ਹਾਂ, ਇਹਦੀ ਡਿਟੇਲ ਤੁਹਾਨੂੰ ਦਿੰਦੇ ਹਾਂ। ਮੱਝ ਨੰਬਰ ਇੱਕ ਤੀਸਰਾ ਸੂਆ ਦੋਸਤੋ ਸੂਣਾ ਹੈ, ਸੂਣ ਵਾਸਤੇ ਤਕਰੀਬਨ ਤਿਆਰ ਹੈ, ਇੱਕ 2 ਤੋਂ 3 ਦਿਨ ਜਾਂ ਕਿ 4 ਦਿਨ ਮਤਲਬ ਕਿ ਤਿਆਰ ਹੈ ਸੂਣ ਵਾਸਤੇ ਬਿਲਕੁਲ। ਅਤੇ ਦੂਸਰੇ ਸੂਏ ਦਾ ਮਾਲਕ ਜਿਹੜਾ ਨਾ, ਇਹਦਾ ਦੁੱਧ 15 ਤੋਂ 16 ਲੀਟਰ ਬਿਲਕੁਲ ਸਿੰਪਲ ਭੱਠਿਆਂ 'ਤੇ, ਬਗੈਰ ਕਿਸੇ ਖਲ ਚੋਕਰ ਵੰਡੇ ਤੋਂ ਸਿੰਪਲ ਭੱਠਿਆਂ 'ਤੇ 15 ਤੋਂ 16 ਲੀਟਰ ਦੁੱਧ ਜਿਹੜੇ ਇਹਦੀ ਚੁਆਈ ਕਰਦੇ ਰਹਿਣ ਮਾਲਕਾਂ ਦੇ ਬਕੌਲ। ਬਾਕੀ ਦੋਸਤੋ ਮਾਸ਼ਾਅੱਲਾ ਤੁਸੀਂ ਖੁਦ ਦੇਖ ਰਹੇ ਹੋ, ਬੜੀ ਕਾਦਾਵਰ ਅਤੇ ਢੇਰ ਹੀ ਤਗੜੀ ਮੱਝ ਹੈ ਮਾਸ਼ਾਅੱਲਾ। ਲਿਬਾਸ ਬੜਾ ਸੋਹਣਾ ਬਣਾਇਆ ਸੀ ਲਿਬਾਸ, ਦੋਸਤੋ ਤੁਸੀਂ ਖੁਦ ਦੇਖ ਰਹੇ ਹੋ, ਮੋਟਾ ਤਾਂ ਤਾਜ਼ਾ ਅਤੇ ਸੋਹਣਾ ਜਿਹੜਾ ਨਾ ਥਣ ਲੱਗਿਆ ਇਸ ਵਿਰਲ ਦੇ ਵਿੱਚ ਵੀ ਹੈ ਅਤੇ ਮੁੱਠੀ ਭਰ ਥਣ ਇਸ। ਦੋਸਤੋ ਦੂਸਰੇ ਨੰਬਰ 'ਤੇ ਮੱਝ ਤੁਹਾਨੂੰ ਦਿਖਾ ਰਿਹਾ, ਮਿਨੀ ਮੱਝ ਜੋਟੀ ਤੁਸੀਂ ਦੇਖ ਰਹੇ ਹੋ, ਦੂਸਰਾ ਸੂਆ ਦੋਸਤੋ ਇਹਨੇ ਸੂਣਾ। ਪਹਿਲੇ ਸੂਏ ਦੇ ਦੁੱਧ ਦਾ ਰਿਕਾਰਡ ਇਹਦਾ ਦੋਸਤੋ 12 ਤੋਂ 13 ਲੀਟਰ ਬਗੈਰ ਕਿਸੇ ਖਲ ਚੋਕਰ ਵੰਡੇ ਤੋਂ 12 ਤੋਂ 13 ਲੀਟਰ ਮਾਲਕਾਂ ਦੇ ਬਕੌਲ ਇਹ ਦੁੱਧ ਦਿੰਦੀ ਰਹੀ ਹੈ ਜੀ। ਬੜੀ ਮਾਸ਼ਾਅੱਲਾ ਸੋਹਣੀ ਕਾਦਾਵਰ ਸਿੰਘ ਦੋਨੇ ਮੀਨੇ ਸੂ, ਬੜੇ ਮਾਸ਼ਾਅੱਲਾ ਸੋਹਣੇ ਸਿੰਘ ਹਿਲਦੇ ਵੀ ਹਨ ਕੁਛ ਕੁਛ, ਅਤੇ ਬੜੀ ਮਾਸ਼ਾਅੱਲਾ ਮੋਟੀ ਤਾਜ਼ੀ ਅਤੇ ਪੁੱਠਾਦਾਰ ਮੱਝ ਥਣ ਦੇਖ ਲਓ ਦੋਸਤੋ, ਵਿਰਲ 'ਚ ਬੜਾ ਮੋਟਾ ਤਾਜ਼ਾ ਅਤੇ ਸੋਹਣਾ ਲੱਗਿਆ ਇਸ ਤੋਂ। ਅਤੇ ਦੂਸਰਾ ਅੱਗੋਂ ਦੇਖ ਲਓ ਲੰਬਾਈ 'ਚ ਵੀ ਥਣ ਹੈ, ਬੜਾ ਮਾਸ਼ਾਅੱਲਾ ਪੁੱਠਾ ਸੋਹਣਾ ਇਸ ਮੱਝ ਦਾ, ਜੋਟੀ ਬੜੀ ਸੋਹਣੀ ਹੈ, ਅੱਲਾ ਪਾਕ ਨਸੀਬ ਵਿੱਚ ਕਰੇ ਜਿਹੜੇ ਦੋਸਤ ਵੀ ਹੈ। ਅਤੇ ਇਹ ਦੋਸਤੋ ਪਹਿਲੀ ਨੰਬਰ ਮੱਝ 'ਤੇ ਜਿਹੜੀ ਤੁਹਾਨੂੰ ਤੀਸਰੇ ਸੂਏ ਵਾਲੀ ਦਿਖਾਈ ਹੈ, ਉਹਦੀ ਡਿਮਾਂਡ ਹਾਜੀ ਸਾਹਿਬ ਦੀ 3 ਲੱਖ ਰੁਪਈਆ ਜੇ, 3 ਲੱਖ ਰੁਪਈਆ ਪਹਿਲੇ ਨੰਬਰ ਵਾਲੀ ਮੱਝ ਦੀ ਡਿਮਾਂਡ ਜੇ। ਅਤੇ ਇਹ ਦੂਸਰੇ ਨੰਬਰ 'ਤੇ ਜਿਹੜੀ ਤੁਸੀਂ ਜੋਟੀ ਦੇਖ ਰਹੇ ਹੋ, ਦੂਜਨ ਜੋਟੀ ਦੂਸਰਾ ਸੂਆ ਸੂਣਾ ਸੂ, ਸੂਣ ਨੂੰ ਅਜੇ ਤਕਰੀਬਨ 5 ਤੋਂ 7 ਦਿਨ ਲੈ ਜਾ ਸੀ ਸੂਣ ਨੂੰ। ਬਾਕੀ ਮਾਸ਼ਾਅੱਲਾ ਦੋਸਤੋ ਲਿਬਾਸ ਵਾਲੇ ਹੁਣ ਵੀ ਬੜਾ ਸੋਹਣਾ ਬਣਾਇਆ ਸੀ, ਅਤੇ ਅੱਲਾ ਮਿਰ ਦੇ ਹੁਕਮ ਨਾਲ ਇਸ ਤੋਂ ਵੀ ਜ਼ਿਆਦਾ ਸੋਹਣਾ ਬਣੇ ਸੀਗੇ, ਅਤੇ ਬੜੀ ਸੋਹਣੀ ਅਤੇ ਕਾਦਾਵਰ ਜੋਟੀ ਜੇ। ਇਹਦੀ ਡਿਮਾਂਡ ਦੋਸਤੋ 2,80,000 ਰੁਪਈਆ ਇਹਦੀ ਡਿਮਾਂਡ ਜੇ। ਬਾਕੀ ਹਾਜੀ ਸਾਹਿਬ ਦਾ ਨੰਬਰ ਤੁਹਾਨੂੰ ਵਿੱਚ ਦਿੱਤਾ, ਅਗਰ ਕੋਈ ਦੋਸਤ ਪਸੰਦ ਕਰਦਾ ਪਸੰਦ ਕਰਕੇ ਹਾਜੀ ਸਾਹਿਬ ਨਾਲ ਜਾ ਕੇ ਸਾਡੇ ਨਾਲ ਰਾਬਤਾ ਕਰਕੇ ਤੁਸੀਂ ਖਰੀਦ ਸਕਦੇ ਹੋ। 3 ਮੱਝਾਂ, ਤੀਸਰੀ ਮੱਝ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਇਹ ਜੋਟੀ ਮਾਸ਼ਾਅੱਲਾ ਦੋਸਤੋ ਇਹਦਾ ਲਿਬਾਸ ਵੀ ਬੜਾ ਸੋਹਣਾ ਹੈ, ਸੂੰ ਤੋਂ ਲੱਗ ਕੇ ਅਤੇ ਦੁਨੀ ਤੱਕ ਮਾਸ਼ਾਅੱਲਾ ਇਹਨੇ ਵੀ ਲਿਬਾਸ ਬਣਾਇਆ, ਬੜਾ ਖੂਬਸੂਰਤ ਲਿਬਾਸ ਇਸ ਉੱਤੇ ਪੁੱਠਾ ਮਾਸ਼ਾਅੱਲਾ ਦੋਸਤੋ ਦੇਖ ਰਹੇ ਹੋ। ਔਰ ਅੱਲਾ ਦੇ ਹੁਕਮ ਨਾਲ ਇਹਨੂੰ ਦੁੱਧ ਜੁੜਦਾ, ਜਿੰਨਾ ਦੁੱਧ ਮਾਲਕ ਦੱਸ ਰਹੇ, ਅਤੇ ਇਸ ਦਫ਼ਾ 14-15 ਲੀਟਰ ਬਿਲਕੁਲ ਆਸਾਨੀ ਦੇ ਨਾਲ ਦੁੱਧ ਸੀ। ਥਨ ਬੜਾ ਮਾਸ਼ਾਅੱਲਾ ਵਿਰਲ ਦੇ ਵਿੱਚ ਦੋਸਤੋ ਨਜ਼ਰ ਆ ਰਿਹਾ, ਮੋਟਾ ਤਾਜ਼ਾ ਲੱਗਿਆ ਸੀ ਸਿੰਘ
ਬੜਾ ਮੂੰਹ ਬੜਾ ਸੋਹਣਾ ਸੀ ਉੱਤੇ ਨੀਲੀ ਵਾਲੀਆਂ ਨਿਸ਼ਾਨੀਆਂ ਮਾਸ਼ਾਅੱਲਾ ਕਾਲੀ ਸਿਆ। ਅੱਗੇ ਦੋਸਤੋ ਤੀਸਰੇ ਨੰਬਰ ਤੇ ਤੁਹਾਨੂੰ ਮੱਝ ਦਿਖਾ ਰਹੇ ਆ। ਤੀਸਰੇ ਨੰਬਰ ਤੇ ਮੱਝ ਦੋਸਤੋ ਸੂਈ ਹੋਈ ਮੱਝ, ਦੂਸਰਾ ਸੂਆ ਸੂਈ ਹੋਈ ਏ ਤੇ ਕੱਟੀ ਥੱਲੇ 2 ਤੋਂ 3 ਦਿਨ ਇਹਨੂੰ ਸੂਈ ਨੂੰ ਹੋ ਗਏ, ਬਿਲਕੁਲ ਤਾਜ਼ੀ ਸੂਈ ਹੋਈ ਏ, 2 ਤੋਂ 3 ਦਿਨ ਸੂਈ ਨੂੰ ਹੋ ਗਏ, ਦੂਸਰਾ ਸੂਆ ਸੂਈ ਹੋਈ ਏ। ਬਾਕੀ ਮਾਸ਼ਾਅੱਲਾ ਇਹ ਮੱਝ ਵੀ ਬੜੀ ਖੂਬਸੂਰਤ ਕੱਦ ਵਾਲੀ ਅਤੇ ਹੈਵਾਨਾ ਮਾਸ਼ਾਅੱਲਾ ਲਿਬਾਸ ਜਿਹਨੂੰ ਬੋਲਦੇ, ਬੜਾ ਸੋਹਣਾ ਬਣਾਇਆ ਇਸੂ ਅਤੇ ਥਨ ਬੜਾ ਮਾਸ਼ਾਅੱਲਾ ਵਿਰਲ ਦੇ ਵਿੱਚ ਸੋਹਣਾ ਲੱਗਿਆ ਇਸੂ। ਇਹਦੀ ਡਿਮਾਂਡ ਦੋਸਤੋ 2,40,000 ਰੁਪਈਆ ਇਹਦੀ ਡਿਮਾਂਡ। ਜੇ ਬਾਕੀ ਕੋਈ ਦੋਸਤ ਪਸੰਦ ਕਰਦਾ ਤਾਂ ਹਾਜੀ ਸਾਹਿਬ ਨਾਲ ਤੁਸੀਂ ਰਾਬਤਾ ਕਰਕੇ ਖਰੀਦ ਸਕਦੇ ਹੋ। ਕੱਟੀ ਇਹਦੇ ਥੱਲੇ ਕੱਟੀ ਵੀ ਦਿਖਾ ਦਿੰਦੇ ਹਾਂ, ਬਾਕੀ ਮੱਝ ਮਾਸ਼ਾਅੱਲਾ ਤੁਸੀਂ ਦੇਖ ਲਏ ਅਤੇ ਦੁੱਧ ਜਿਹੜਾ ਇਸ ਟਾਈਮ ਇਹਦਾ ਹਾਜ਼ਰ ਮੌਕੇ ਦੋਸਤੋ 12 ਲੀਟਰ ਹਾਜ਼ਰ ਮੌਕੇ ਦੁੱਧ ਦੀ ਚੁਆਈ ਕਰ ਰਹਿਣ, ਜੋੜੀ ਦਾ 12 ਲੀਟਰ ਦੋਨਾਂ ਟਾਈਮਾਂ ਦਾ, ਇੱਕ ਟਾਈਮ ਦਾ 6 ਕਿਲੋ। ਇਹ ਕੱਟੀ ਹੈ ਦੋਸਤੋ, ਇਹ ਨਜ਼ਰ ਆ ਰਹੀ ਹੈ ਦੋਸਤੋ। ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ ਅਤੇ ਕਮੈਂਟ ਕਰੋ।